ਕਿਸੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ। ਜਦੋਂ ਵੀ ਕਦੇ ਜਹਾਜ਼ ਲੰਘਿਆ ਕਰਨਾ ਤਾਂ ਉਹ ਮਾਤਾ ਨੇ ਦੇਖ ਕੇ ਰੌਲਾ ਪਾਉਣ ਲੱਗ ਪੈਣਾ ਕਿ ਆਪਣੇ ਮੁੰਡੇ ਬਚਾ ਲਓ, ਆਪਣੇ ਮੁੰਡੇ ਬਚਾ ਲਓ। ਪੁੱਛਿਆ ਕਿਸੇ ਨੇ ਕਿ ਇਹ ਮਾਤਾ ਇੱਦਾਂ ਕਿਉਂ ਕਰਦੀ ਆ। ਕਹਿੰਦੇ ਕਿ ਉਹ ਮਾਤਾ ਦਾ ਜਦੋਂ ਪੁੱਤ ਪਰਦੇਸੀ ਗਿਆ, ਪਰਦੇਸਾਂ ਦੇ ਵਿੱਚ ਪਹੁੰਚਿਆ, ਤਾਂ ਉਸ ਤੋਂ ਬਾਅਦ ਕਦੇ ਵਾਪਸ ਨਹੀਂ ਆਇਆ। ਤੇ ਇਹ ਮਾਤਾ ਨੂੰ ਹੁਣ ਤੱਕ ਇਹ ਲੱਗਦਾ ਕਿ ਜਿਹੜਾ ਬੰਦਾ ਵੀ ਜਹਾਜ਼ ਬਹਿ ਗਿਆ ਉਹ ਕਦੇ ਵਾਪਸ ਨਹੀਂ ਮੁੜਦਾ। ਆਹ ਗੀਤ ਉਹਨਾਂ ਭੈਣਾਂ ਦੇ ਨਾਂ, ਉਹਨਾਂ ਵੀਰਾਂ ਦੇ ਨਾਂ ਜਿਹੜੇ ਬਾਹਰ ਜਾ ਕੇ ਅਜੇ ਵੀ ਕੱਚੇ ਨੇ, ਪਰ ਮਾਵਾਂ ਦੀਆਂ ਅਰਦਾਸਾਂ ਪੱਕੀਆਂ। ਸੱਤ ਪਾਣੀਆਂ ਨੂੰ ਕਿਹੜਾ ਸੁਖੀ ਸਾਂਦੀ ਲੰਘਦਾ, ਭੈਣ ਦਾ ਵਿਆਹ ਸੀ ਪੂਰੇ 12 ਲੱਖ ਮੰਗਦਾ। ਹੋ ਸੱਤ ਪਾਣੀਆਂ ਨੂੰ ਕਿਹੜਾ ਸੁਖੀ ਸਾਂਦੀ ਲੰਘਦਾ, ਭੈਣ ਦਾ ਵਿਆਹ ਸੀ ਪੂਰੇ 12 ਲੱਖ ਮੰਗਦਾ। ਕੱਚਿਆਂ ਦੇ ਦੁੱਖ ਸੱਚਾ ਰੱਬ ਜਾਣਦਾ ਈ, ਕੱਚਿਆਂ ਦੇ ਦੁੱਖ ਸੱਚਾ ਰੱਬ ਜਾਣਦਾ ਈ, ਝੂਠਾ ਚੰਡ ਵੀ ਜੜਾਂ ਵਿੱਚ ਬਹਿ ਗਿਆ। ਲੋਕਾਂ ਭਾਣੇ ਉੱਡਦਾ ਜਹਾਜ਼ ਅਸਮਾਨਾਂ ਵਿੱਚ, ਉਹ ਪੁੱਛੀ ਮਾਵਾਂ ਨੂੰ ਜਿਨ੍ਹਾਂ ਦੇ ਪੁੱਤ ਲੈ ਗਿਆ। ਲੋਕਾਂ ਭਾਣੇ ਉੱਡਦਾ ਜਹਾਜ਼ ਅਸਮਾਨਾਂ ਵਿੱਚ, ਉਹ ਪੁੱਛੀ ਮਾਵਾਂ ਨੂੰ ਜਿਨ੍ਹਾਂ ਦੇ ਪੁੱਤ ਲੈ ਗਿਆ। ਕਦੇ ਏਅਰਪੋਰਟ ਉੱਤੋਂ ਜਾ ਕੇ ਪੁੱਛੇ, ਕਦੇ ਸੁਣਦੀ ਆ ਟੀਵੀ ਉੱਤੇ ਖਬਰਾਂ। ਕਦੇ ਕਦੇ ਏਅਰਪੋਰਟ ਉੱਤੋਂ ਜਾ ਕੇ ਪੁੱਛੇ, ਕਦੇ ਸੁਣਦੀ ਆ ਟੀਵੀ ਉੱਤੇ ਖਬਰਾਂ। ਆ ਮੁੜਿਆ ਨੀ ਜਾਂਦਾ ਬੇਬੇ ਤੇਰੇ ਲਾਡੀ ਪੁੱਤ ਤੋਂ, ਦੇਸ਼ ਬਾਹਰਲੇ ਨਾ ਬਣ ਜਾਣ ਕਬਰਾਂ, ਦੇਸ਼ ਬਾਹਰਲੇ ਨਾ ਬਣ ਜਾਣ ਕਬਰਾਂ। ਸੱਚੀ ਗੱਲ ਕਹਾਂ ਹੁਣ ਜਰਿਆ ਨੀ ਜਾਂਦਾ, ਸੱਚ ਆਖਾਂ ਲਵਲੀ ਵੇ ਜਰਿਆ ਨੀ ਜਾਂਦਾ, ਜਿੰਨਾ ਸਹਿ ਸਕਦਾ ਸੀ ਸਹਿ ਗਿਆ। ਲੋਕਾਂ ਭਾਣੇ ਉੱਡਦਾ ਜਹਾਜ਼ ਅਸਮਾਨਾਂ ਵਿੱਚ, ਉਹ ਪੁੱਛੀ ਮਾਵਾਂ ਨੂੰ ਜਿੰਨਾ ਦੇ ਪੁੱਤ ਲੈ ਗਿਆ। ਸੱਤ ਪਾਣੀਆਂ ਨੂੰ ਕਿਹੜਾ ਸੁਖੀ ਸਾਂਦੀ ਲੰਘਦਾ, ਭੈਣ ਦਾ ਵਿਆਹ ਸੀ ਪੂਰੇ 12 ਲੱਖ ਮੰਗਦਾ। ਕੱਚਿਆਂ ਦੇ ਦੁੱਖ ਸੱਚਾ ਰੱਬ ਜਾਣਦਾ ਈ, ਕੱਚਿਆਂ ਦੇ ਦੁੱਖ ਸੱਚਾ ਰੱਬ ਜਾਣਦਾ ਈ, ਝੂਠਾ ਜੰਟ ਵੀ ਜੜਾਂ ਵਿੱਚ ਬਹਿ ਗਿਆ। ਲੋਕਾਂ ਭਾਣੇ ਉੱਡਦਾ ਜਹਾਜ਼ ਅਸਮਾਨਾਂ ਵਿੱਚ। ਉਹ ਪੁੱਛੀ ਮਾਵਾਂ ਨੂੰ ਜਿਨ੍ਹਾਂ ਦੇ ਪੁੱਤ ਲੈ ਗਿਆ, ਆ ਪੁੱਛੀ ਮਾਵਾਂ ਨੂੰ ਜਿਨ੍ਹਾਂ ਦੇ ਪੁੱਤ ਲੈ ਗਿਆ, ਉਹ ਪੁੱਛੀ ਮਾਵਾਂ ਨੂੰ ਜਿਨ੍ਹਾਂ ਦੇ ਪੁੱਤ ਲੈ ਗਿਆ। ਹੋ